ਬੜੀਆਂ ਵੀਡੀਓ ਬਣਾਈਆਂ ਨੇ ਤੁਹਾਡੇ ਜ਼ਿਲ੍ਹੇ ਗੁਜਰਾਤ 'ਚ ਜੀ ਜੀ ਜਿਹੜੀ ਨਸਲ ਤੁਹਾਡੇ ਕੋਲ ਜਿਹੜੇ ਦੋਸਤ ਨੇ ਰੇਟ ਹੀ ਬੜਾ ਮੰਗਦੇ ਨੇ ਛੋਟੇ ਬੱਚੇ ਦਾ 12,000 15,000 20,000 ਤੱਕ ਮੰਗਦੇ ਨੇ ਦੁੱਧ ਵਾਲੀ ਬੱਕਰੀ 35-40,000 ਦੀ ਲੱਭ ਜੇ ਜੀ ਜੇ ਲੱਭ ਜੇ ਜੀ ਉਹਨਾਂ ਦੇ ਨਾਲ ਬੜੇ ਤਰੀਕੇ ਦੇ ਨਾਲ ਗੱਲ ਕੀਤੀ ਜਾਏ ਪੈਸੇ ਉਹਨਾਂ ਨੂੰ ਵਹਾਏ ਜਾਣ ਕਈ ਬੰਦੇ ਇੰਜ ਰਾਹ ਜਾਂਦੇ ਕਹਿੰਦੇ ਜੀ ਦਈਏ 20,000 ਦਈਏ 50,000 ਤੇ ਸ਼ਾਇਦ ਨਾ ਉਹਨਾਂ ਨੂੰ ਦਿੰਦੇ ਨੇ ਨਾ ਬਹਿ ਕੇ ਰੇਟ ਗੱਲ ਕਰਦੇ ਨੇ ਇਸ ਤਰ੍ਹਾਂ ਫਿਰ ਆਜੜੀ ਜਿਹੜੇ ਉਹਨਾਂ ਜ਼ਿਆਦਾ ਰੇਟ ਦੱਸਦੇ ਨੇ ਕੋਈ ਟਿਪਸ ਦਵੋ ਨਾ ਜੀ ਕਿਉਂਕਿ ਅਗਰ ਇੱਕ ਦੋਸਤ ਹੈ ਉਹ ਬੱਕਰੀ ਲੈਣਾ ਚਾਹੁੰਦਾ ਹੈ ਜੀ ਅਗਲਾ ਜਿਹੜਾ ਜਿਹਨੇ ਸੇਲ ਕਰਨੀ ਹੈ ਉਹਦੇ ਕੋਲ 70,000 ਮੰਗ ਲੈਂਦਾ ਜੀ ਠੀਕ ਹੈ ਨਾ ਉਹਨੇ ਦੀ ਹੁੰਦੀ ਨਹੀਂ ਜੀ ਉਹ ਫਿਰ ਕਿੰਜ ਕੀਮਤ ਕਿੰਜ ਕੰਮ ਕਰਾਉਂਦੇ ਨੇ ਕੀਮਤ ਰੁਪਈਆ ਉਹਨਾਂ ਨੂੰ 30-35,000 ਰੱਖੋ ਕਈ ਦਾ 2,000 ਹੋਰ ਲੈ ਲੈ 3,000 ਉਹ ਕਰਦੇ ਆ ਕਰਾਉਂਦੇ ਆ 40-45 ਤੱਕ ਬੱਕਰੀ ਪੈਸੇ ਉਹਦੇ ਅੱਗੇ ਸੱਟੋ ਤਾਂ ਕਿ ਉਹ ਬੰਦਾ ਪੈਸੇ ਵੇਖ ਕੇ ਤੇ ਜਲਦੀ ਤੁਹਾਨੂੰ ਚੀਜ਼ ਦੇ ਸੜੇਦਾ ਜੇ 10 ਬੱਕਰੀਆਂ ਅਗਰ ਤੁਸੀਂ 4 ਲੱਖ ਦੀਆਂ ਜਾਂ 4.5 ਲੱਖ ਦੀਆਂ ਖਰੀਦਦੇ ਹੋ ਉਹਨਾਂ ਦੇ ਜਿਹੜੇ ਬੱਕਰੇ ਹੋਣ ਦੇ 1 ਸਾਲ ਉਹਨਾਂ ਦੀ ਸਹੀ ਦੁੱਧ ਉਹਨਾਂ ਨੂੰ ਪਿਆਓ ਉਹਨਾਂ ਨੂੰ ਚੰਗੀ ਉਹਨਾਂ ਦੀ ਸੇਵਾ ਕਰੋ ਠੀਕ ਹੈ ਉਸ ਬਾਅਦ ਲੂਣ ਮਿਰਚ ਇਹਨਾਂ ਨੂੰ ਦਿੰਦੇ ਰਹੋ 2 ਟਾਈਮ ਇਹਨਾਂ ਦਾ ਚੰਗਾ ਪੇਟ ਭਰਾਓ ਤੇ ਇਨਸ਼ਾਅੱਲਾ ਤਾਲਾ 1 ਸਾਲ ਦੇ ਵਿੱਚ ਜਿਹੜੇ ਪੈਸੇ ਲਾਏ ਹੋਣ ਦੇ ਪੱਠ ਵੀ ਅੱਗੋਂ ਤੁਹਾਨੂੰ ਬਚ ਜਾਏ ਜਿਹੜੀ ਤੁਹਾਡੀ ਬੱਕਰੀ ਖਰੀਦੀ ਹੋਵੇ ਦੀ ਅੱਗੋਂ ਫਿਰ ਸੂ ਵੀ ਪਈ ਹੋਵੇ ਦੀ ਤੇ ਜਿਹੜੇ ਲੈ ਤੁਹਾਡੇ 8-10 ਤਿਆਰ ਹੋਣ ਦੇ ਤੁਹਾਡੀ ਸਾਰੀ ਕੀਮਤ ਪੂਰੀ ਕਰ ਜਾਣ ਦੇ ਅਸਲਾਮ ਅਲੈਕਮ ਵਾਲੇਕਮ ਸਲਾਮ ਰਜ਼ਵਾਨ ਸਾਹਿਬ ਕੀ ਹਾਲ ਹੈ ਜੀ ਅੱਲਾਹ ਪਾਕ ਦਾ ਸ਼ੁਕਰ ਤੁਸੀਂ ਸੁਣਾਓ ਅੱਲਾਹ ਦਾ ਸ਼ੁਕਰ ਕੀ ਗੱਲ ਹੈ ਅੱਜ ਬੜਾ ਸਫ਼ਰ ਕੀਤਾ ਜੇ ਬੜੀ ਦੂਰ ਮਾਲ ਨੂੰ ਲੈ ਕੇ ਆਏ ਹੋ ਗੱਲ ਹੈ ਵੇ 12ਵਾਂ ਮਹੀਨਾ ਵੇ ਤੁਹਾਨੂੰ ਪਤਾ ਵੇ ਕਿ ਬਾਹਰ ਜਿਹੜਾ ਵੇ ਬੜਾ ਚੋਗੇ ਦੀ ਕਮੀ ਹੈ ਟਾਣੀਆਂ ਅਸੀਂ ਪਾਉਂਦੇ ਹਾਂ ਕਿੱਕਰ ਸ਼ਿਕਰ ਬੇਰੀ ਸ਼ੇਰੀ ਇਸ ਵਾਸਤੇ ਕਿ ਮੂਤਰਨ ਘੱਟ ਸਿਆਲ ਦੇ ਵਿੱਚ ਠੰਡ ਇਹਨਾਂ ਬੜੀ ਜ਼ਿਆਦਾ ਲੱਗ ਜਾਂਦੀ ਹੈ ਅਗਰ ਸੁੱਕਾ ਰਾਸ਼ਨ ਖਾਣ ਦੀਆਂ ਤਾਂ ਠੰਡ ਘੱਟ ਲੱਗੇ ਦੀ ਇਸ ਵਾਸਤੇ ਸਫ਼ਰ ਕਰੀਦਾ ਜੇ ਠੀਕ ਹੈ ਜੇ ਕਾਫੀ ਦੋਸਤਾਂ ਨੇ ਤੁਹਾਡੇ ਨਾਲ ਫੋਨ ਤੇ ਰਾਬਤੇ ਕੀਤੇ ਨੇ ਜੇ ਉਹ ਕਿਹੜੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ ਤੁਸੀਂ ਉਹ ਜਿਹੜੇ ਸਵਾਲ ਪੁੱਛਦੇ ਨੇ ਤੁਹਾਡੇ ਕੋਲੋਂ ਜ਼ਿਆਦਾ ਦੋਸਤ ਉਹਦਾ ਜਵਾਬ ਦੇ ਦਿਓ ਉਹ ਭਾਈ ਜਾਨ ਗੱਲ ਇਹ ਵੇ ਕਿ ਉਹ ਸਾਡੇ ਕੋਲ ਪੁੱਛਦੇ ਨੇ ਕਹਿੰਦੇ ਜੀ ਅਸੀਂ ਮੰਡੀ ਦੇ ਵਿੱਚੋਂ ਬੱਕਰੀਆਂ ਖਰੀਦੀਆਂ ਨੇ 20,000 ਰੁਪਏ ਦੀ ਆਉਂਦੀ ਹੈ 22,000 ਦੀ ਆਉਂਦੀ ਹੈ ਬਰੀਡਰ ਉਹਨਾਂ ਨੇ ਆਉਂਦੇ ਆ ਵੇ ਬੱਕਰੀਆਂ ਦੇ ਕੋਲ ਸੂੰਦੀਆਂ ਨੇ ਸੂ ਕੇ ਦੁੱਧ ਨਹੀਂ ਦਿੰਦੀਆਂ ਉਹ ਲੋਕ ਬੜੇ ਪਰੇਸ਼ਾਨ ਨੇ ਦੁੱਧ ਸ਼ੁਰੂ ਤੋਂ ਹੀ ਉਹਨਾਂ ਦਾ ਸ਼ੁਰੂ ਕੋਈ ਨਹੀਂ ਹੁੰਦਾ ਹੈ ਅਤੇ ਉਹ ਸਾਨੂੰ ਫਿਰ ਪੇ ਫੋਨ ਕਰਦੇ ਨੇ ਅਸੀਂ ਉਹਨਾਂ ਨਵਿਆਂ ਬੰਦਿਆਂ ਨੂੰ ਇਹ ਮਸ਼ਵਰਾ ਦਿੰਦੇ ਹਾਂ ਇਸ ਟਾਈਮ 40-50,000 ਦੀ ਬੱਕਰੀ ਲੱਭੇ ਖਰੀਦੋ ਲੇਕਿਨ ਜਿਹਦੇ ਮਗਰ ਜੋੜਾ ਹੋਵੇ ਥਣ ਵਾਹਨਾ ਚੰਗਾ ਵਧੀਆ ਹੋਵੇ ਦੁੱਧ 2-2.5-3 ਕਿਲੋ ਹੋਵੇ ਦਿਸਦਾ ਹੋਵੇ ਉਹ ਨਵੇਂ ਬੰਦੇ ਖਰੀਦਣ ਤਾਂ ਕਿ ਇਹਨਾਂ ਦਾਅ ਨਾ ਲੱਗਣ ਜਿਹੜੇ ਪੁਰਾਣੇ ਬੰਦੇ ਨੇ ਉਹ ਭਾਵੇਂ ਪਛੜਾ ਲਿਆਉਣ ਭਾਵੇਂ ਜੈਂਦੀਆਂ ਲਿਆਉਣ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਬੱਕਰੀ ਕਿਸ ਰੰਗ ਵਿੱਚ ਦੁੱਧ ਦੇਦੀ ਜਾਂ ਨਹੀਂ ਦੇਣ ਲੱਗੀ ਇਹ ਬੜੇ ਬੰਦਿਆਂ ਦਾ ਸਾਨੂੰ ਫੋਨ ਇਸੇ ਵਜ੍ਹਾ ਤੋਂ ਆ ਰਿਹਾ ਜੀ ਸਿਆਲ ਹੈ ਉਂਝ ਵੀ ਦੁੱਧ ਸ਼ੁੱਧ ਘੱਟ ਲਾਂਦੀਆਂ ਨੇ ਅਤੇ ਜਿਹਦੀ ਵਜ੍ਹਾ ਨਾਲ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਅਤੇ ਸਾਡਾ ਉਹਨਾਂ ਬਲਾਦਰਾਨਾ ਇਹ ਮਸ਼ਰਾ ਵੇ ਕਿ ਬੱਕਰੀਆਂ ਸੂਈਆਂ ਲੈ ਕੇ ਆਉਣ ਜਿਨ੍ਹਾਂ ਦੇ ਮਗਰ ਜਾ ਹੋਣ ਥਣ ਵਾਨਾ ਸੋਹਣਾ ਦੁੱਧ ਦੇ ਨਾਲ ਆਕੜੇ ਹੋਣ ਥਣ ਅਤੇ ਉਹ ਲਿਆ ਕੇ ਬੱਕਰੀਆਂ ਦੇ ਨਾਲ ਕੰਮ ਕਰਨ ਠੀਕ ਹੈ ਜੀ ਕੰਮ ਤੇ ਕੋਈ ਵੀ ਹੈ ਜੀ ਉਹਦੇ 'ਚ 2 ਨੰਬਰੀ ਦੇ ਚਾਂਸ ਹੁੰਦੇ ਨੇ ਜੀ ਬਿਲਕੁਲ ਹੁੰਦੇ ਨੇ ਨਵਾਂ ਬੰਦਾ ਉਹ ਜ਼ਿਆਦਾਤਰ ਧੋਖਾ ਹੀ ਖਾਂਦਾ ਜੇ ਉਹ ਮੰਡੀਆਂ ਦੇ ਵਿੱਚ ਜਾਂਦੇ ਜੇ ਮੰਡੀਆਂ ਦੇ ਵਿੱਚ ਜਾਂਦੇ ਨੇ ਮੰਡੀਆਂ ਦੇ ਵਿੱਚ ਜਿੰਨਾ ਵੀ ਸਾਰਾ ਕਸਾਇਆ ਮਾਲ ਹੈ ਕਸਾਈ ਵੀ ਹੁਣ ਵਿਚਾਰੇ ਪਰੇਸ਼ਾਨ ਨੇ ਕਿ ਜਿਹੜਾ ਸਾਡਾ ਮਾਲ ਆਇਆ ਹੁੰਦਾ ਲੋਕ ਸ਼ੋਅ ਕਾਲੇ ਲੈ ਜਾਂਦੇ ਨੇ ਅਤੇ ਉਹ ਵਾਧੂ 1-2 ਸਾਲ ਰੱਖ ਕੇ 6 ਮਹੀਨੇ ਰੱਖ ਕੇ ਫਿਰ ਮੰਡੀ ਉਹਨਾਂ ਨੂੰ ਉਸ ਮਾਲ ਨੂੰ ਵਾਪਸ ਲੈ ਕੇ ਆਉਂਦੇ ਨੇ ਅਤੇ ਉਹ ਨਾਕਾਮੀ ਹਾਸਲ ਕਰਦੇ ਨੇ ਅਤੇ ਔਰ ਫਿਰ ਇਹ ਹੀ ਕਹਿੰਦੇ ਨੇ ਇਹ ਦੇ ਕੰਮ ਨੂੰ ਉਂਝ ਛੱਡ ਦਿਓ ਕੋਈ ਫਾਇਦਾ ਨਹੀਂ ਹੈ ਫਾਇਦਾ ਤਾਂ ਉਹਨਾਂ ਆਪ ਨਹੀਂ ਲਿਆ ਜਿੰਨਾ ਕੰਮ ਹੀ ਮਾੜਾ ਭੈੜਾ ਕੀਤਾ ਸੀ ਤੇ ਰਜ਼ਵਾਨ ਸਾਹਿਬ ਜਿਹੜੀ ਫਿਰ ਦੁੱਧ ਵਾਲੀ ਬੱਕਰੀ ਦੋਸਤਾਂ ਨੇ ਖਰੀਦਣੀ ਹੈ ਜੀ ਤੇ ਉਹ ਮੰਡੀ 'ਚ ਖਰੀਦਣ ਜਾਂ ਕਿ ਜਿਹੜੇ ਦੋਸਤਾਂ ਨੇ ਇਹ ਫਾਰਮ ਬਣਾਏ ਨੇ ਜਾਂ ਤੁਸੀਂ ਉਹ ਘਰ 'ਚ ਤੁਸੀਂ ਰੱਖੀਆਂ ਨੇ ਜੀ ਜਿਹੜੇ ਆਜੜੀ ਨੇ ਉਹਨਾਂ ਕੋਲੋਂ ਖਰੀਦਣ ਤੇ ਜਦੋਂ ਦੁੱਧ ਦੇਣ ਵਾਲੀ ਬੱਕਰੀ ਖਰੀਦਣੀ ਹੈ ਜੀ ਫਿਰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੈ ਬੱਕਰੀ ਦੀ ਕਿਹੜੀ ਕਿਹੜੀ ਚੀਜ਼ ਵੇਖ ਕੇ ਤੇ ਬੱਕਰੀ ਲੈਣੀ ਹੈ ਵੇਖੋ ਭਾਈ ਜਾਨ ਸਾਡਾ ਮਸ਼ਵਰਾ ਹੈ ਵੇ ਕਿ ਅੱਜੜ ਦੇ ਵਿੱਚ ਜਾਣ ਆਜੜੀ ਜਿਹੜਾ ਬੱਕਰੀ ਆਖੇ ਵੀ ਅਸੀਂ ਵੇਚਣੀ ਹੈ ਉਹਦੇ ਉੱਤੇ ਹੱਥ ਨਾ ਰਹੇ ਜਿਹੜੀ ਉਹਨੂੰ ਆਪ ਪਸੰਦ ਆਉਂਦੀ ਹੈ ਜਿਹੜੀ ਸੋਹਣੇ ਥਣ ਵੱਧਰ ਹੋਵੇ ਭਾਵੇਂ 5,000 ਰੁਪਈਆ ਜਾਂ 2-4,000 10,000 ਵੀ ਮਹਿੰਗੀ ਹੋਵੇ ਉਹ ਬੱਕਰੀ ਲੈ ਕੇ ਆਓ ਅਤੇ ਸੂਈ ਲੈ ਕੇ ਆਵੋ ਤਾਂ ਕਿ 5-10 ਬੱਕਰੀਆਂ ਸਟਾਰਟਿੰਗ ਤੋਂ ਤੁਸੀਂ ਸ਼ੁਰੂ ਕਰੋ ਅਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਅਗਰ ਤੁਸੀਂ ਡਿਫਾਲਟਰ ਮਾਰ ਲਿਆ ਉਹਦੇ ਤੁਹਾਨੂੰ ਨੁਕਸਾਨ ਹੋਏਗਾ ਠੀਕ ਹੈ ਜੀ ਯਾਨੀ ਤੁਹਾਡਾ ਤਜਰਬਾ ਕਹਿੰਦਾ ਕਿ ਜਿਹੜੀ ਬੱਕਰੀ ਲੈਣੀ ਹੈ ਦੁੱਧ ਦੇਣ ਵਾਲੀ ਲਵੋ ਨਾ ਗੱਬਨ ਲਵੋ ਜੀ ਤੇ ਨਾ ਛੋਟੀ ਲਵੋ ਨਾ ਛੋਟੀ ਲਵੋ ਦੂਜੇ ਸੂਏ ਜਾਂ ਪਹਿਲੇ ਸੂਏ ਜਾਂ ਤੀਸਰੇ ਸੂਏ ਤੱਕ ਤੁਸੀਂ ਲੈ ਸਕਦੇ ਹੋ ਬੱਕਰੀ ਦਾ ਥੱਲੇ ਸੋਹਣਾ ਥਣਵਾ ਨਾ ਹੋਵੇ ਜਿਹਨੂੰ ਵਹਾਓ ਕੋਈ ਆਖੇ ਸ਼ਹਿ ਰੰਗ ਨਾ ਵੇਖੋ ਯਾਰ ਕਿਹੜਾ ਰੰਗ ਹੈ ਚੀਜ਼ ਵੇਖੋ ਨਸਲੀ ਵੇਖੋ ਦੁੱਧ ਵਾਲੀ ਵੇਖੋ ਠੀਕ ਹੈ ਤੇ ਬਰੀਡਰ ਤੁਸੀਂ ਰੰਗ ਬਾਅਦ ਲਿਆਓਦੇ ਇਨਸ਼ਾਅੱਲਾ ਤਾਲਾ ਰੰਗ ਬਾਅਦ ਬੱਚੇ ਨਿਕਲਣ ਦੇ ਔਰ ਦੁੱਧ ਵਾਲੀਆਂ ਪੱਠਾ ਨਿਕਲਣ ਦੀਆਂ ਠੀਕ ਹੈ ਜੀ ਜਿਹੜੀ ਦੁੱਧ ਵਾਲੀ ਬੱਕਰੀ ਹੈ ਦੂਸਰੇ ਸੂਬੇ ਜੀ ਉਹਦਾ ਜਿਹੜਾ ਨਾਰਮਲ ਰੇਟ ਹੈ ਜੀ ਉਹ ਕਿੰਨਾ ਕੁ ਚੱਲਦਾ ਪਿਆ 10 ਬੱਕਰੀਆਂ ਕਿੰਨੇ ਕੁ ਦੀਆਂ ਆਈ ਜਾਂਦੀਆਂ ਇੱਕ ਦਾ ਰੇਟ ਦੱਸੋ ਭਾਈ ਜਾਨ ਤਕਰੀਬਨ 35-40,000 ਰੁਪਏ ਦੀ ਆਉਂਦੀ ਹੈ 10 ਕੁ ਬੱਕਰੀਆਂ 3.5-4 ਲੱਖ ਰੁਪਏ ਦੀਆਂ ਫਿਰ ਟੁਰ ਕੇ ਸੂਈਆਂ ਲੱਭ ਜਾਂਦੀਆਂ ਨੇ 4 ਲੱਖ ਦੇ ਨਾਲ ਕੰਮ ਸ਼ੁਰੂ ਹੋ ਜਾਏਗਾ
अगर उन्हों का एक एक लेला जरा वही तो सही तोड़ सिरे चढ़ो वो 4 लाख रुपया जरा ना 10 ले थोड़े अल्लाह की मेहरबानी साल के पूरे कर सड़न दे उस बाद अगू बकरियां सू के दो दो जा फिर ना लाने दे इंशाल्लाह जी वंड ते तुसी बड़ी सोहनी कड्डी है लेकिन अहीं बड़ियां वीडियो बनाईयां ने तुहाडे जिले गुजरात च जी जी आ जिहड़ी नसल तुहाडे कोल है जिहड़ा दोस्त नूं रेट ही बड़ा मंगदे ने छोटे बच्चे दा 12,000-15,000-20,000 तक मंगदे ने दुद्ध वाली बकरी 35-40,000 दी लभ जेगी जी लभ जेगी उहनां दे नाल बड़े तरीके दे नाल गल कीती जाए पैसे उहनां नूं हाए जाण कई बंदे इंज ही राह जांदे कहिंदे जी देईए 20,000 देईए 50,000 शायद ना उन्होंने देंदे ने ना बैग रेट गल करते हैं इस तरह फिर आजड़ी जो ज्यादा रेट दसते हैं क्यों कहते हैं चेता ही लैन आए ने ठीक है जी होर की तरीका होंगे जी सस्ती चीज लैनी है जी करते हैं आपस से बारगेन करते हैं जी थोड़ा दसो हाँ कोई टिप्स दवो ना जी क्योंकि अगर एक दोस्त है बकरी लैना चाहता है जी अगला जरा जिन्हें सेल करनी है वो को 70,000-80,000 मंग लेंद जी ठीक है ना उन्हें की होंगी नहीं जी फिर किंज कीमत किंज कम कराते हैं कीमत रुपया उन्होंने 30-35,000 रखो कई 2,000 और लै लिया 3,000 और करद कराते 40-45 तक बकरी पैसे वे अगे सट्टो ता कि बंदा पैसे वेख के जल्दी तुम चीज दे सड़ेगा चंगी सेवा करो ठीक है उस बाद लून मर्च देंदे रहो दो टाइम इन्होंने चंगा पेट भराओ तो इंशाल्लाह ताला एक साल पैसे लाए हो पठ भी अगू तुम बच जाए जी बकरी खरीदी हो अगू फिर सू भी पई हो तो जे ले 8-10 तैयार होने तुहाडी सारी कीमत पूरी कर जान दे एक साल के अंदर तुसी कामयाबी हासिल करो अगर तुसी मंडिया दे विच जाओ तो फिर मैं वो गल दोहरानी पई है कि लोग जेहड़े ने नुकसान करते उसे डिफाल्टर माल आ जाता वे कसाइया वाला माल आ जाता वह शौक वाला माल नहीं होता लोग काफ़ी ज़्यादा फस जाते हैं मंडिया में जाके मेरा सवाल है कि मेरे भाई ने आज़ाद कश्मीर के कहते हैं कि मेरी बकरी ने 4 बच्चे दिते ने जी लेकिन बकरी जी उठती नहीं ना कुछ खाँदी पीती कोई दस दो लाज वेखो भाईजान जिस वे जानवर सूण वाला हों सेवा की जाए ये अंदर ताकत जमा की जाए यू दाने छाने उस तो बाद तेल या घ्यो दिता जाए सर्दिया के मिठा तेल सर्दिया के दिता जाए उस तो बाद डालडा घ्यो दे लो जे थोड़े को ज़्यादा ताकत है तुम फिर देसी घ्यो भी दे सकते हो ठीक है ये सेवा की जाए जेडे पैसे लाने ना 1,000-2,000 कई लोगों को यह हों कि बकरी मैं रही है ये पैसे लवा रही है तो ये बड़े घाटे वाला काम है लेकिन उस बंदे नूं पता नहीं अगर 2,000 रुपया लाँदा बकरी वह वेचदा वे उहदा 10,000 रुपया वधाए दी बेशक कोई ना कोई बंदा अपना तजर्बा करके वेख ले अगर किसी बंदे ने इस गल तों घाटा पिया तो मैं जिम्मेदार हाँ किसी जानवर नूं खवाया कदी जाया नहीं जाता ठीक है रिजवान साहब बहुत शुक्रिया जी तुसीं एक दफा फिर अच्छी गुफ्तगू कीती है अल्लाह हाफिज़ जी अल्लाह हाफिज़।